ਤੁਹਾਨੂੰ ਪਤਾ ਹੈ ਮੈਂ ਹਰ ਰੋਜ਼ ਤੁਹਾਡੇ ਲਈ ਆਪਣੇ ਦਿਲ ਦੇ ਅਰਮਾਨਾਂ ਨੂੰ ਇੱਕ ਖਤ 'ਚ ਲਿਖ ਕੇ ਉਹਨਾਂ ਖਤਾਂ ਨੂੰ ਹਰ ਰੋਜ਼ ਡਾਕਖਾਨੇ ਦੇ ਕੇ ਆਉਂਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਗਵਾ ਬੈਠਾ ਹਾਂ, ਪਰ ਇਸ ਲਈ ਨਹੀਂ ਕਿ ਮੈਂ ਤੁਹਾਡੇ ਰਵੱਈਏ ਤੋਂ ਇਤਰਾਜ਼ ਕਰਦਾ ਹਾਂ, ਬਲਕਿ ਇਸ ਲਈ ਕਿਉਂਕਿ ਮੈਂ ਤੁਹਾਡੇ ਹੱਥਾਂ ਦੀ ਕਠਪੁਤਲੀ ਬਣ ਕੇ ਨਹੀਂ ਰਹਿ ਸਕਦਾ ਸੀ। ਅਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲ ਕੋਈ ਵੀ ਬਿਨਾਂ ਕਿਸੇ ਵਜ੍ਹਾ ਤੋਂ ਚਰਚਾ ਕਰਨੀ ਸਹੀ ਹੋਵੇਗੀ।